ਇਹ ਬੋਟਲ ਪਲਾਸਟਿਕ ਕਮਾਲ ਦਾ ਖਿਡੌਣਾ ਹੈ। ਇੱਕ 2 ਲੀਟਰ ਪਲਾਸਟਿਕ ਦੀ ਬੋਟਲ, ਇੱਕ ਫਿਲਮ ਕੈਪ ਤੇ ਰੰਗਦਾਰ ਟੇਪਾਂ ਚਾਹੀਦੀਆਂ ਹਨ। ਚਮਕੀਲੀਆਂ ਰੰਗਦਾਰ ਟੇਪਾਂ ਨਾਲ 2 ਲੀਟਰ ਬੋਟਲ ਨੂੰ ਸਜਾਓ, ਖਾਲੀ ਫਿਲਮ ਕੈਪ ਨੂੰ ਵੀ ਸਜਾਓ। ਹੁਣ ਕੈਨ ਨੂੰ ਬੋਟਲ ਦੇ ਮੂੰਹ ਤੇ ਟਿਕਾਓ। ਇਹ ਖਿਡੌਣਾ ਤਿਆਰ ਹੈ। ਬੋਟਲ ਨੂੰ ਜ਼ਮੀਨ ਤੇ ਰੱਖੋ ਤੇ ਉਹਨੂੰ ਹੱਥਾਂ ਨਾਲ ਜ਼ੋਰ ਦੀ ਮਾਰੋ। ਇਹ ਹਵਾ ਵਿੱਚ ਉਛਲੇਗੀ। ਹੁਣ ਇੱਕ ਕੈਨ ਤੇ ਪੰਖ ਲਗਾਓ ਤੇ ਉਸਨੂੰ ਰੋਕੇਟ ਦੀ ਸ਼ਕਲ ਦਿਓ। ਰੋਕੇਟ ਦਾ ਖਿਡੌਣਾ ਤਿਆਰ ਹੈ। ਫਿਰ ਇਹੀ ਖਿਡੌਣਾ ਉੱਪਰ ਲਗਾਓ। ਇਹ ਬੋਟਲ ਨੂੰ ਫਿਰ ਉਸੇ ਤਰ੍ਹਾਂ ਮਾਰੋ ਤੇ ਰੋਕੇਟ ਟੇਕ ਆਫ ਕਰੇਗਾ। ਤੁਹਾਡਾ ਦੋਸਤ ਇਸ ਨੂੰ ਚੁੱਪ ਸਕਦਾ ਹੈ, ਕੈਚ ਕਰ ਸਕਦਾ ਹੈ ਤੇ ਤੁਸੀਂ ਇਸਦਾ ਆਨੰਦ ਲੈ ਸਕਦੇ ਹੋ।